ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਿਦ ਵਿਰਕ। ਤੁਸੀਂ ਵੇਖ ਰਹੇ ਜੀ ਯੂਟਿਊਬ ਚੈਨਲ ਮੇਰਾ ਸਾਹੀਵਾਲ ਟੀਵੀ। ਜਿਵੇਂ ਕਿ ਵੀਰ ਦੋਸਤ ਜਾਣਦੇ ਨੇ, ਅਸਵੀਰਾਂ ਵਾਸਤੇ ਹਰ ਰੋਜ਼ ਅੱਛੇ ਤੇ ਖੂਬਸੂਰਤ ਜਾਨਵਰ ਲੈ ਕੇ ਹਾਜ਼ਰ ਹੋਈਦਾ, ਰੋਜ਼ ਦੀ ਨਿਸਬਤ। ਅੱਜ ਫਿਰ ਵੀਰਾਂ ਵਾਸਤੇ ਕੁਝ ਜਾਨਵਰ ਲੈ ਕੇ ਆਏ। ਉਮੀਦ ਕਰਾਂਗੇ ਹਰ ਰੋਜ਼ ਤਰ੍ਹਾਂ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਪਸੰਦ ਆਏਗੀ। ਇਸ ਤੋਂ ਪਹਿਲੇ ਕਿ ਤੁਹਾਨੂੰ ਜਾਨਵਰ ਖਾਈਏ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਲੱਗੇ ਬੈਲ ਆਈਕਾਨ ਨੂੰ ਕਰੋ ਪ੍ਰੈਸ, ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਬਾਅਦ ਵੀਰਾਂ ਤੱਕ ਪਹੁੰਚਣ। ਅੱਜ ਅਸੀਂ ਤੁਹਾਡੇ ਵਾਸਤੇ ਚਾਰ ਜਾਨਵਰ ਲੈ ਕੇ ਆਏ ਹਾਂ, ਚਾਰੇ ਸੀਲ ਦੇ ਜਾਨਵਰ। ਜਾਨਵਰ ਨੰਬਰ 1 ਆਣੇ ਖੋਲੋ, ਜਾਨਵਰ ਨੰਬਰ 1 ਜਾਨਵਰ ਖੋਲ, ਜਾਨਵਰ ਨੰਬਰ 1 ਜੇ ਦੂਜਨ ਵੈੜੀ ਜੇ, ਸਾਰੀਆਂ ਕੁਆਲਿਟੀਆਂ ਤੁਹਾਡੇ ਸਾਹਮਣੇ। ਪ੍ਰਿੰਟ ਬੜਾ ਪਿਆਰਾ, ਸਿਰੋਂ ਮੋਨੀ ਜੇ, ਛੋਟੇ ਛੋਟੇ ਜੇ ਕੰਨ, ਛੋਟੇ ਛੋਟੇ ਅੱਖ, ਰੰਗ ਬੜਾ ਗੱਦ ਕਾਠ ਬੈਠ ਦਾ ਬੜਾ, ਬਾਕੀ ਲੰਬਾਈ ਤੁਹਾਡੇ ਸਾਹਮਣੇ ਹੀ ਹੈ। ਹਵਾਨੇ ਦੀ ਕੁਆਲਿਟੀ ਵੀ ਲਾਜਵਾਬ ਵਾਲੀ, ਖੋਲ ਲਾ ਨਹੀਂ ਦੇਰ ਨਹੀਂ ਮੋੜੀ। ਹਵਾਨੇ ਦੀ ਕੁਆਲਿਟੀ ਤੁਸੀਂ ਵੇਖ ਸਕਦੇ ਜੇ, ਬਾਕੀ ਪੁੱਛ ਕੇ ਦੱਸਾਂਗੇ ਮਾਲਕਾਂ ਤੋਂ, ਸਾਫ਼ ਕਰ ਕਾਰਡ ਦੁੱਧ ਕਿੰਨਾ ਦੇ ਰਹੀ ਹੈ ਇਸ ਟਾਈਮ, ਪਿੱਛੇ ਜ਼ਿੰਦਗੀ ਸਭ ਤਸੱਲੀਆਂ ਕਰਾਵਾਂਗੇ। ਜਾਨਵਰ ਨੰਬਰ 1 ਜੀ, ਮੋੜ ਪਿਛਾਂ ਨੂੰ ਥੱਬਿਆਂ ਦੇ ਹਵਾਨੇ, ਮਾਸ਼ਾਅੱਲਾ। ਅਤੇ ਸਾਡੀ ਵੀਰਾਂ ਦੀ ਰਿਕੁਐਸਟ, ਸਾਡੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਲਾਜ਼ਮੀ ਵੇਖੋ, ਤਾਂ ਕਿ ਤੁਹਾਨੂੰ ਰੇਟ, ਨਸਲ, ਸਭ ਕੁਛ ਜਾਨਵਰ ਦੀ ਸਮਝ ਆ ਜਾਵੇ। ਇਹ ਜਾਨਵਰ ਨੰਬਰ 1 ਜੇ, ਸਾਡੀ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਵੀਰਾਂ ਵਾਸਤੇ ਅੱਛੇ ਅਤੇ ਪਿਆਰੇ ਅਤੇ ਮੁਨਾਸਬ ਰੇਟ 'ਤੇ ਜਾਨਵਰ ਲੈ ਕੇ ਆਈਏ। ਇਨਸ਼ਾਅੱਲਾ ਅਸੀਂ ਇਸੇ ਤਰ੍ਹਾਂ ਹੀ ਮਿਹਨਤ ਕਰਦੇ ਰਹਾਂਗੇ, ਅੱਛੇ ਅਤੇ ਖੂਬਸੂਰਤ ਜਾਨਵਰ ਲੈ ਕੇ ਆਵਾਂਗੇ। ਇਹ ਜਾਨਵਰ ਨੰਬਰ 1, ਹੁਣ ਤੁਹਾਨੂੰ ਜਾਨਵਰ ਨੰਬਰ 2 ਵਿਖਾਉਣੇ ਆ। ਪਹਿਲੇ ਤੁਹਾਨੂੰ ਜਾਨਵਰ ਨੰਬਰ 1 ਦਾ ਵੱਛਾ ਵਿਖਾ ਦਈਏ। ਇਹਦਾ ਵੱਛਾ ਜੇ, ਇਹ ਜਾਨਵਰ ਨੰਬਰ 2, ਇਹ ਪਹਿਲੇ ਦਾ ਵੱਛਾ ਜੇ, ਜਾਨਵਰ ਨੰਬਰ 2 ਤੁਹਾਨੂੰ। ਇਹ ਜਾਨਵਰ ਨੰਬਰ 2 ਜੇ, ਜਰਸੀ ਜਾਨਵਰ, ਮਾਸ਼ਾਅੱਲਾ, ਬੜਾ ਹੀ ਖੂਬਸੂਰਤ ਅਤੇ ਲਾਜਵਾਬ। ਬਿਲਕੁਲ ਜਲਦੀ ਖੋਲ, ਮੂੰਹ ਚੌਕੀ ਜੇ, ਬਿਲਕੁਲ ਤਾਜ਼ਾ ਸੂਈ ਹੈ ਪਿੱਛੇ ਦੇ ਵੱਛਾ ਜੇ। ਬਾਕੀ ਦੁੱਧ ਤੁਹਾਨੂੰ ਪੁੱਛ ਕੇ ਦੱਸਾਂਗੇ ਮਾਲਕਾਂ ਤੋਂ ਇਸ ਟਾਈਮ ਕਿੰਨਾ ਦੇ ਰਹੀ ਹਾਜ਼ਰ ਮੌਕੇ 'ਤੇ। ਹਵਾਨਾ ਦੀ ਕੁਆਲਿਟੀ ਤੁਹਾਨੂੰ ਵਿਖਾ ਰਹੇ ਹਾਂ, ਲਾਜਵਾਬ ਹਵਾਨਾ, ਮਾਸ਼ਾਅੱਲਾ ਜੀ, ਹਾੜਾਂ ਵਾਲਾ ਹਵਾਨਾ ਜੇ, ਸਿੰਘ ਦਾ ਬਿਲਕੁਲ ਨਿਸ਼ਾਨ ਨਹੀਂ ਹੈਗਾ। ਛੋਟੇ ਛੋਟੇ ਜੇ ਕੰਨ ਹੈ ਜਿਵੇਂ ਜਰਸੀਆਂ 'ਤੇ ਹੁੰਦੇ ਨੇ, ਛੋਟੀ ਛੋਟੀ ਜਿਹੀ ਅੱਖ, ਬੜਾ ਖੂਬਸੂਰਤ ਜਾਨਵਰ, ਕੱਦ ਕਾਠ ਵੈਟ ਦਾ ਪੂਰਾ ਹੈ, ਤੁਹਾਨੂੰ ਤੁਰਨ ਫਿਰਨ ਵੀ ਚੈੱਕ ਕਰਾਉਣੇ ਵੈਟ ਦਾ। ਬੰਦਾ ਸਾਡਾ ਅੱਜ ਥੋੜ੍ਹਾ ਜਿਹਾ ਢਿੱਲਾ, ਜਾਨਵਰਾਂ ਨੂੰ ਕੋਈ ਖੁੱਲ ਹੀ ਨਹੀਂ ਰਿਹਾ, ਨਹੀਂ ਤੋਰ ਯਾਰ, ਬਹੁਤ ਢਿੱਲਾ ਬੰਦਾ ਯਾਰ ਤੂੰ ਅੱਜ। ਇਹ ਜਾਨਵਰ ਨੰਬਰ 2 ਜੇ, ਪਹਿਲੇ ਵੈੜੀ, ਮਾਸ਼ਾਅੱਲਾ, ਮੂੰਹ ਚੌਗੀ, ਹਵਾਨੇ ਦੀ ਕੁਆਲਿਟੀ ਆਲਾ, ਲਾਜਵਾਬ, ਕੱਦ ਕਾਠ ਵੈਟ ਦਾ ਪੂਰਾ, ਲਾਮ ਬੜੀ ਵੈਟ ਦੀ, ਮੋੜ ਲਿਆ ਕਾਕਾ, ਇਹ ਵਾਪਸ ਲਿਆ, ਵਾਪਸ ਲਿਆ, ਵਾਪਸ ਵਾਪਸ ਮੋੜੇ ਨਹੀਂ ਮੋੜ। ਕੈਮਰੇ ਤੋਂ ਥੋੜ੍ਹਾ ਜਾਨਵਰ ਡਰਦਾ ਪਿਆ, ਬੜਾ ਹੀ ਲਾਜਵਾਬ ਜਾਨਵਰ, ਮਾਸ਼ਾਅੱਲਾ ਜੀ, ਥੱਬਿਆਂ ਦੇ ਹਵਾਨੇ, ਮੋੜ, ਚੱਲ ਚੱਲ। ਇਹ ਜਾਨਵਰ ਨੰਬਰ 2 ਜੇ, ਇਹਦਾ ਫਲ ਕਿਹੜਾ, ਜਾਨਵਰ ਨੰਬਰ 2 ਦਾ ਵੱਛਾ ਜੀ, ਇਹ ਵੇਖੋ ਨਾੜੂ ਦਮਕਦਾ ਪਿਆ ਅੱਜ ਤੱਕ, 2 ਕੁ ਦਿਨ ਦੀ ਸੂਈ ਹੈ, ਬਿਲਕੁਲ ਤਾਜ਼ਾ, ਮਾਸ਼ਾਅੱਲਾ। ਜਾਨਵਰ ਨੰਬਰ 2, ਜਾਨਵਰ ਨੰਬਰ 3 ਤੁਹਾਨੂੰ ਵਿਖਾਉਣੇ ਹੁਣ। ਜਾਨਵਰ ਨੰਬਰ 3 ਜੇ, ਦੂਜਨ ਵੈੜੀ ਜੇ, ਮਾਸ਼ਾਅੱਲਾ, ਲਾਜਵਾਬ ਜਾਨਵਰ, ਰੰਗ ਬੜਾ ਸੋਹਣਾ ਜਾਨਵਰ ਦਾ, ਜਾਣਦੇ ਬੱਚੇ ਕੋਲ ਜਾਣਦੇ, ਤਾਜ਼ਾ ਸੋਇਆ ਜਾਨਵਰ, ਬਾਕੀ ਤੁਹਾਡੀ ਕੁਆਲਿਟੀਆਂ ਤੁਹਾਡੇ ਸਾਹਮਣੇ, ਰੰਗ ਬੜਾ ਜਾਨਵਰ ਦਾ, ਹਵਾਨੇ ਦੀ ਕੁਆਲਿਟੀ, ਲਾਜਵਾਬ, ਥੱਬਿਆਂ ਦੇ ਹਵਾਨੇ, ਥਣਾਂ 'ਚ ਵਿਰਲ ਬੜੀ, ਤੁਰਨ ਫਿਰਨ 16 ਨੇ, ਮਾਸ਼ਾਅੱਲਾ, ਸਿਰੋਂ ਇਹ ਵੀ ਮੋਨੀ ਜੇ, ਇਨਸ਼ਾਅੱਲਾ ਸੇਲਾਂ ਵਾਲੇ ਜਾਨਵਰ ਲੈ ਕੇ ਆਏ, ਅਤੇ ਕੁਆਲਿਟੀ ਵੱਲੋਂ ਵੀ ਪੂਰੇ ਦੁੱਧ ਦੇਣ ਵਾਲੇ ਜਾਨਵਰ, ਨੈਚੁਰਲ ਯਾਰ ਨੂੰ ਉੱਥੇ ਜੀ। ਇਹ ਜਾਨਵਰ ਨੰਬਰ 3 ਜੇ, 18 ਲੀਟਰ ਹਾਜ਼ਰ ਮੌਕੇ ਦੁੱਧ ਦਿੰਦਾ, ਪਿੱਛੇ ਇਹਦਾ ਵੱਛਾ ਜੀ, ਹਵਾਨੇ ਤਾਂ ਤਸੱਲੀਆਂ ਵੀਰਾਂ ਨੂੰ ਕਰਵਾ ਦਈਏ, ਦੇਖ ਲਓ ਹਵਾਨਾ, ਥਣਾਂ ਦੀ ਕੁਆਲਿਟੀ ਦੇਖ ਲਓ, ਥਣਾਂ ਥਣਾਂ ਦੀਆਂ ਪੂਰੀਆਂ, ਕੱਦ ਕਾਠ ਜਾਨਵਰ ਦਾ ਪੂਰਾ, ਬਾਕੀ ਸਭ ਕੁਛ ਕੈਮਰੇ ਦੀ ਨਜ਼ਰ ਦੇ ਸਾਹਮਣੇ ਹੈ।
ਇਹ ਜਾਨਵਰ ਨੰਬਰ 3 ਜੇ ਜਾਨਵਰ ਨੰਬਰ 3 ਦਾ ਬੱਚਾ ਕਿਹੜਾ ਉਹ ਵਾਲਾ ਜਾਨਵਰ ਨੰਬਰ 3 ਦਾ ਇਹ ਬੱਚਾ ਜੀ ਵਾਈਟ ਰੰਗ ਦਾ ਮਾਸ਼ਾਅੱਲਾ ਜੀ ਇਹ ਜਾਨਵਰ ਨੰਬਰ 3 ਜੇ ਜਾਨਵਰ ਨੰਬਰ 4 ਤੋਂ ਖਾਣੇ ਬੰਦੇ ਨੂੰ ਯਾਰ ਜਾਨਵਰ ਨੰਬਰ 3 ਨੂੰ ਅੱਜ ਬੜੇ ਮੁਹੱਬਤ ਵਾਲੇ ਰੇਟ ਹੋਣਗੇ ਸੇਲਾਂ ਲਾ ਛੜੀਆਂ ਜੀ ਅੱਜ ਸੇਲਾਂ ਚਾਰ ਜਾਨਵਰ ਲੈ ਕੇ ਆਏ ਤੁਹਾਡੇ ਵਾਸਤੇ ਵੀਰਾਂ ਵਾਸਤੇ ਇਨਸ਼ਾਅੱਲਾ ਉਮੀਦ ਕਰਾਂਗੇ ਜਿਵੇਂ ਤੁਸੀਂ ਪਹਿਲੀ ਸਾਡੇ ਜਾਨਵਰ ਦੀ ਵੀਡੀਓ ਪਸੰਦ ਕਰਦੇ ਜੀ ਅੱਜ ਫਿਰ ਤੁਸੀਂ ਜਾਨਵਰ ਦੀ ਸਾਡੇ ਦੀ ਵੀਡੀਓ ਪਸੰਦ ਕਰੋਗੇ ਇਹ ਜਾਨਵਰ ਨੰਬਰ 3 ਤਾਂ ਤੁਹਾਨੂੰ ਜਾਨਵਰ ਨੰਬਰ 4 ਵਿਖਾਉਣੇ ਆ ਇਹ ਜਾਨਵਰ ਨੰਬਰ 4 ਜੇ 5-7 ਦਿਨ ਲੈਂਦੀ ਹੈ ਜੀ ਜ਼ਿਕਰ ਤੋਰੇ ਨੂੰ ਰੱਸੀ ਤਾਂ ਫ੍ਰੀ ਦਿੰਦਾ ਕਲਾਸ ਮਾਸ਼ਾਅੱਲਾ ਕੰਦ ਕਾਠ ਇਹਦਾ ਵੀ ਬੜਾ ਹੈ ਜਵਾਬ ਹੈ ਬਾਕੀ ਸਭ ਕੁਛ ਕੈਮਰੇ ਨਾਲ ਦੱਸਣ ਤੋਰ ਲਵਾਂ ਤੁਹਾਨੂੰ ਫਿਰ ਵੀ ਤੋਰ ਯਾਰ ਤੁਰਨ ਫਿਰ ਵੀ ਵੀਰਾਂ ਨੂੰ ਚੈੱਕ ਕਰਵਾਉਣੇ ਆ ਅਗਰ ਲੰਮਾ ਲਾਇਆ ਥੋੜ੍ਹਾ ਜਿਹਾ ਮਾਸ਼ਾਅੱਲਾ ਜੀ ਬੜਾ ਹੀ ਖੂਬਸੂਰਤ ਜਾਨਵਰ ਹੈ ਸਿਰੋ ਮੋਨੀ ਜੇ ਕੱਦ ਕਾਠ ਫੈਟ ਦਾ ਪੂਰਾ ਹੈ ਸਭ ਕੁਛ ਕੈਮਰੇ ਦੀ ਨਜ਼ਰ ਹੈ ਇਨਸ਼ਾਅੱਲਾ ਸਾਡੀ ਕੋਸ਼ਿਸ਼ ਹੁੰਦੀ ਹੈ ਵੀਰਾਂ ਵਾਸਤੇ ਅੱਛੇ ਅਤੇ ਖੂਬਸੂਰਤ ਜਾਨਵਰ ਲੈ ਕੇ ਆਈਏ ਅਤੇ ਜਾਨਵਰ ਦੀਆਂ ਕਰਵਾਈਏ ਤਸੱਲੀਆਂ ਕਰਵਾਉਣ ਦਾ ਕਸਰ ਛੱਡੀ ਲੈ ਚੱਲ ਇਹ ਕੁਛ ਦਿਨ ਕੱਢਦੀ ਹੈ ਜੇ ਤੀਕਰ ਬਾਕੀ ਪੁੱਛ ਕੇ ਦੱਸਾਂਗਾ ਮਾਲਕਾਂ ਤੋਂ ਕਿੰਨੇ ਦਿਨ ਲੈਂਦੀ ਹੈ ਸਾਬਕਾ ਰਿਕਾਰਡ ਕੀ ਹੁੰਦਾ ਸਭ ਤਸੱਲੀਆਂ ਕਰਾਵਾਂਗੇ ਜਾਨਵਰ ਦੀਆਂ ਵੀਰਾਂ ਨੇ ਕਰ ਲਈਆਂ ਤਸੱਲੀਆਂ ਚਾਰ ਜਾਨਵਰ ਲੈ ਕੇ ਬੰਦ ਯਾਰ ਇਹਨੂੰ ਚਾਰਾਂ ਜਾਨਵਰਾਂ ਦੇ ਹੁਣ ਮੁੱਲ ਕਰਾਂਗੇ ਪੁੱਛਾਂਗੇ ਮਾਲਕਾਂ ਤੋਂ ਜਾਨਵਰ ਵੀਰਾਂ ਨੇ ਵੇਖ ਲਏ ਆ ਹੁਣ ਕਰਦੇ ਆਪਾਂ ਬਾਈ ਨਾਲ ਗੱਲ ਸਭ ਪੁੱਛ ਤੁਹਾਨੂੰ ਪੁੱਛ ਕੇ ਦੱਸਣੇ ਬਾਈ ਤੋਂ ਅਸਲਾਮ ਅਲੈਕ ਬਾਈ ਜਾਨ ਵਾਲੇਕੁਮ ਸਲਾਮ ਭਾਈ ਜਾਨ ਕੀ ਹਾਲ ਚਾਲ ਨੇ ਠੀਕ ਠਾਕ ਹੋ ਸ਼ੁਕਰ ਅੱਲਾ ਸਿਹਤ ਤਬੀਤਾਂ ਠੀਕ ਨੇ ਜੀ ਹਾਂਜੀ ਭਾਈ ਜਾਨ ਜਾਨਵਰ ਤੁਹਾਡੇ ਚਾਰੇ ਵਿਖਾਤੇ ਨੇ ਆਪਾਂ ਜੀ ਜਿਹੜਾ ਜਾਨਵਰ ਨੰਬਰ 1 ਹੈ ਇਹਦੇ ਪਿੱਛੇ ਕੀ ਜ਼ਰਾ ਇਹ ਦੱਸ ਦਿਓ ਵੀ ਕਿੰਨੇ ਦਿਨਾਂ ਦੀ ਸੂਈ ਹੈ ਇਹ 2 ਦਿਨਾਂ ਦੀ ਸੂਈ ਹੈ ਤੇ ਮਗਰ ਬੱਚਾ ਹੈ ਜੀ 2 ਦਿਨਾਂ ਦੀ ਸੂਈ ਹੈ ਪਿੱਛੇ ਬੱਚਾ ਹੈ ਹਾਂਜੀ ਦੁੱਧ ਦੇ ਕੋ 16 ਕਿਲੋ ਹਾਜ਼ਰ ਮੌਕੇ 16 ਕਿਲੋ ਦੁੱਧ ਦੇ ਰਹੀ ਹੈ ਇਨਸ਼ਾਅੱਲਾ 22 ਕਿਲੋ ਕਰੇ ਕਿੰਨਾ ਦੂਜਾ ਪੱਕਾ ਦੂਜਾ ਸਵਾ ਸੂਈ ਹਾਂਜੀ ਪਿਛਲੇ ਸਵਾ ਕਿੰਨਾ ਚੋਂਦ ਰਹੇ ਜੀ 22 ਲੀਟਰ ਇਹ ਕੀ ਵਧੇਗੀ ਠੀਕ ਪੱਕਾ 22 ਲੀਟਰ ਚੋਂਦ ਰਹੇ ਜੀ ਇਸ ਟਾਈਮ 16 ਲੀਟਰ ਦੁੱਧ ਦੇ ਰਹੀ ਅਗਰ ਕੋਈ ਵੀਰ 2 ਟਾਈਮ 3 ਟਾਈਮ 4 ਟਾਈਮ ਚੋਵੇ ਤੇ ਚੋਵਾਂਗੇ ਚੋਵਾਂਗੇ ਇਨਸ਼ਾਅੱਲਾ ਕੋਈ ਟੈਨਸ਼ਨ ਨਹੀਂ ਹਾਂਜੀ ਦੁੱਧ ਪੂਰਾ ਕਰਾਂਗੇ ਠੀਕ ਹੋ ਗਿਆ ਇਹਦਾ ਹੁਣ ਪਿਆਰ ਮੁਹੱਬਤ ਵਾਲਾ ਮੁੱਲ ਕੀ ਜਿਹੜਾ ਆਪਾਂ ਲੈਣਾ ਹੈ ਇਹਦਾ 2.95 2,95,000 ਜਾਨਵਰ ਨੰਬਰ 1 ਦਾ ਇਹਦੇ ਚ ਕੋਈ ਪਿਆਰ ਮੁਹੱਬਤ ਕੋਈ ਵੀਰ ਆਂਦਾ ਕੋਈ ਪਿਆਰ ਮੁਹੱਬਤ ਹੋਵੇਗੀ ਹੋ ਜਾਏਗਾ ਪਿਆਰ ਪੱਕੀ ਗੱਲ ਹੈ ਠੀਕ ਹੋ ਗਿਆ ਜਾਨਵਰ ਨੰਬਰ 2 ਤੇ ਆਓ ਜੀ ਜਾਨਵਰ ਨੰਬਰ 2 ਕਿਨਵੇਂ ਸੂਏ ਜੀ ਆਪਣਾ ਇਹ ਪਹਿਲਾ ਸੂਆ ਸੂਈ ਪੱਕਾ ਪਹਿਲਾ ਸੂਆ ਸੂਈ ਮੂੰਹ ਕਿਵੇਂ ਮੂੰਹ ਚੌਂਕੀ ਠੀਕ ਹੋ ਗਿਆ ਪਿੱਛੇ ਇਹਦੇ ਕੀ ਹੈ ਅੱਛਾ ਪਹਿਲਾ ਸੋਆ ਤੇ ਦੁੱਧ ਕਿੰਨਾ ਦੇ ਰਹੀ ਇਸ ਟਾਈਮ 16 ਲੀਟਰ 16 ਲੀਟਰ ਹਾਜ਼ਰ ਮੌਕੇ ਹਾਂਜੀ ਇਹ ਸਾਰਿਆਂ ਦੇ 16 ਲੀਟਰ ਪੱਕੀ ਗੱਲ ਵੀ 16 ਲੀਟਰ ਦੇ ਰਹੀ ਇਨਸ਼ਾਅੱਲਾ ਭੈਣ ਪੂਰਾ ਕਰਾਉਂ 2 ਟਾਈਮ 3 ਟਾਈਮ ਜਿੰਨੇ ਟਾਈਮ ਕੋ ਚੋਵੇ ਹਾਂਜੀ ਚੋਵੋਗੇ ਪੱਕੇ ਜਾਬ ਦੀ ਗੱਲ ਤੇ ਹਾਂਜੀ ਬੋਲ ਦੱਸੋ ਜੀ ਮੁਫਤਾਂ ਦਾ ਇਹਦਾ ਬੋਲ ਕਰਦੇ 2.5 ਲੱਖ 2,30,000 ਦੀ ਦੇ ਰਹੇ 2.5 ਲੱਖ ਬੋਲ ਕਰਦੇ 2,30,000 ਪਹਿਲੋ ਰੈਡ ਕਰ ਛੱਡੀ ਜੀ ਹਾਂਜੀ ਗੁੱਡ ਹੋ ਗਿਆ ਜੀ ਆ ਜਾਓ ਜਾਨਵਰ ਨੰਬਰ 3 ਤੇ ਜੀ ਜਾਨਵਰ ਨੰਬਰ 3 ਕਿੰਨਵੇਂ ਸੂਏ ਜੀ ਇਹ ਜੀ ਦੂਜਾ ਸੂਆ ਪਿੱਛੇ ਦੇ ਕੀ ਹੈ ਬੱਚਾ ਪਿੱਛੇ ਬੱਚਾ ਜੀ ਦੁੱਧ ਇਸ ਟਾਈਮ ਕਿੰਨਾ ਹੈ ਦੁੱਧ ਇਸ ਟਾਈਮ 18 ਕਿਲੋ 18 ਕਿਲੋ ਤੇ ਪਹਿਲੇ ਸੂਏ ਦਾ ਇਹਦਾ ਦੁੱਧ ਕਿੰਨਾ ਸੀ ਸਾਬਕਾ ਰਿਕਾਰਡ ਜਿਹੜਾ ਕਿੰਨਾ ਹੈ 25 ਕਿਲੋ ਸੀ 25 ਕਿਲੋ ਪੱਕਾ ਦੇ ਦਿੰਦੀ ਰਹੀ ਹੈ ਇਸ ਦਫਾ ਜ਼ਿਆਦਾ ਕਰੇਗੀ ਕਲਾਸ ਕਹਾਂ ਜੀ ਵਧੇਗੀ ਇਨਸ਼ਾਅੱਲਾ ਠੀਕ ਹੋ ਗਿਆ ਇਸ ਟਾਈਮ ਕਿੰਨਾ ਦੁੱਧ ਚੋਰੇ ਦੁਬਾਰਾ ਦੱਸਿਆ ਜੀ 18 ਲੀਟਰ 2 ਟਾਈਮ 3 ਟਾਈਮ ਜਿੰਨੇ ਟਾਈਮ ਕੀ ਚੋਵੇ ਹਾਂਜੀ ਆ ਜਾਓ ਗਾਰੰਟੀ ਹੋਵੇਗੀ ਅਗਲੇ ਦੇ ਘਰ ਜਾ ਕੇ ਵੀ ਜਾਂ ਗਾਰੰਟੀ ਹੋਵੇਗੀ ਇਨਸ਼ਾਅੱਲਾ ਵਧੇਗੀ ਖਾਣਾ ਦੀ ਗਾਰੰਟੀ ਹਰ ਚੀਜ਼ ਗਾਰੰਟੀ ਹਰ ਸ਼ਾਇਦ ਗਾਰੰਟੀ ਮੁਹੱਬਤ ਵਾਲਾ ਮੁੱਲ ਦੱਸੋ ਜੀ ਇਹਦਾ 3,05,000 ਕੋਈ ਮੁਹੱਬਤ ਕਰੋ ਕੋਈ ਜਾਇਜ਼ ਮੁਨਾਸਬ ਕੋਈ ਮੁਹੱਬਤ ਕਰ ਦਿਓ ਥੋੜ੍ਹੀ ਜ਼ੋਰ 2,90,000 ਮਾਸ਼ਾਅੱਲਾ ਜੀ ਜਾਨਵਰ ਨੰਬਰ 3 ਦਾ 2,90,000 ਮੁਹੱਬਤਾਂ ਕਰਕੇ ਜਾਨਵਰ ਨੰਬਰ 4 ਤੇ ਆਓ ਜੀ ਕਿੰਨਵੇਂ ਸੂਏ ਜੀ ਹਾਂ ਇਹ ਭੈਣ ਦੂਜਾ ਸੂਆ ਦੂਜਾ ਸੂਆ ਸੂਆ ਕਿੰਨੇ ਦਿਨ ਲੈਂਦੀ ਹੈ ਜੀ ਤੱਕ ਇਹ 5-6 ਦਿਨ ਕੱਢੇ 5-6 ਦਿਨ ਕੱਢੇਗੀ
ਕਿੰਨੇ ਬਾਰੇ ਹੈ? ਦੂਜਾ ਪਹਿਲਾ ਸਾਫ ਕਰ ਕਾੜ ਇਹਦਾ ਕੋਈ ਸਾਫ ਕਰ ਕਾੜ ਇਹਦਾ ਪਿਛਲਾ ਹੈਗਾ ਸੀ 20 ਕਿਲੋ ਦਾ 20 ਕਿਲੋ ਜੀ ਇਹ ਤਾਂ ਜ਼ਿਆਦਾ ਕਰੇਗੀ ਵਧੇਗੀ ਜਿਹੜਾ ਆਪਾਂ ਇਹਨੂੰ ਟੀਕਾ ਰਖਵਾਇਆ ਅੱਛਾ ਰਖਵਾਇਆ ਹਾਂਜੀ ਅੱਛੇ ਬਰੀਡ ਦਾ ਜੀ ਦੱਸੋ ਜੀ ਪਿਆਰ ਮੈਂ ਬਤਾਲਾ ਮੁੱਲ 2,60,000 ਇਹਦੇ ਵਿੱਚ ਕੋਈ ਗੁੰਜਾਇਸ਼ ਕੋਈ ਆਏਗਾ ਅਪਰਾਧ ਕਰ ਲਾ ਬੜੀ ਮਿਹਰਬਾਨੀ 2,00,000 ਅਗਰ ਕੋਈ ਚਾਰੇ ਜਾਨਵਰ ਖਰੀਦਣਾ ਚਾਹੁੰਦਾ ਹੈ ਚਾਰਾਂ ਦੇ ਸੌਦਾ ਕਰਨਾ ਚਾਹੁੰਦਾ ਮੁੱਟੇ 'ਚ ਚਾਰੇ ਜਾਨਵਰ ਆਪਾਂ ਕਿੰਨੇ ਦੇ ਦਿਓ 2,50,000 ਦੇ ਪੁੱਠੇ ਨਾਲ 2,50,000 ਦੇ ਇਹਦੇ 'ਚ ਕੋਈ ਗੁੰਜਾਇਸ਼ ਕੋਈ ਇਹਦੇ 'ਚ ਕੋਈ ਗੁੰਜਾਇਸ਼ ਨਹੀਂ ਕੋਈ ਤਾਂ ਪਿਆਰ ਮੈਂ ਤੁਹਾਡੇ ਤੋਂ ਕਰਾਵਾਂਗਾ ਕੋਈ ਲੈਣ ਅੱਛਾ ਪੱਕੇ ਜੀ ਚਾਰੇ ਜਾਨਵਰ ਕੀ ਦੇਖ ਲਏ ਕੋਈ ਵੀ ਵੀਰ ਭਰਾ ਖਰੀਦਣਾ ਚਾਹੁੰਦਾ ਸਾਡਾ ਵਟਸਐਪ ਨੰਬਰ ਨੋਟ ਕਰ ਲਓ 0322-7087-633 ਫਿਰ ਨੋਟ ਕਰ ਲਓ 0322-7087-633 ਇਹ ਸਾਡਾ ਰਾਬਤਾ ਨੰਬਰ ਹੈ ਇਹ ਸਾਡਾ ਵਟਸਐਪ ਨੰਬਰ ਹੈ ਹੁਣ ਆਪਦੇ ਮੇਜ਼ਬਾਨ ਸਾਜਿਦ ਵਿਰਕ ਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼।